ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ, ਆਪਣੇ ਪੋਤੇ ਪੋਤਰੀਆਂ, ਦੋਹਤੇ ਦੋਹਤੀਆਂ ਨੂੰ ਬਾਤਾਂ ਸੁਣਾਉਂਦੇ ਸਨ, ਕਹਾਣੀਆਂ ਸੁਣਾਉਂਦੇ ਸੀ। ਬਜ਼ੁਰਗਾਂ ਦੁਆਰਾ ਸੁਣਾਈਆਂ ਹੋਈਆਂ ਉਹ ਬਾਤਾਂ, ਉਹ ਕਹਾਣੀਆਂ ਦੇ ਵਿੱਚ ਵੱਡੀਆਂ ਵੱਡੀਆਂ ਸਿੱਖਿਆਵਾਂ ਲੁਕੀਆਂ ਹੁੰਦੀਆਂ ਸਨ। ਸਾਡੇ ਬਜ਼ੁਰਗ ਵੱਡੀਆਂ ਵੱਡੀਆਂ ਅਕਲ ਦੀਆਂ ਗੱਲਾਂ, ਗਿਆਨ ਦੀਆਂ ਗੱਲਾਂ ਨਿੱਕੀਆਂ ਨਿੱਕੀਆਂ ਕਹਾਣੀਆਂ ਦੇ ਰਾਹੀਂ ਸਹਿਜੇ ਹੀ ਆਪਣੇ ਬੱਚਿਆਂ ਨੂੰ ਸਿਖਾ ਦਿੰਦੇ ਸਨ, ਅਤੇ ਉਹ ਅਕਲ ਦੀਆਂ ਗੱਲਾਂ, ਗਿਆਨ ਦੀਆਂ ਗੱਲਾਂ ਜ਼ਿੰਦਗੀ ਭਰ ਬੱਚਿਆਂ ਦੇ ਕੰਮ ਆਉਂਦੀਆਂ। ਇੱਦਾਂ ਦੀ ਹੀ ਇੱਕ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇਹ ਕਹਾਣੀ ਵੀ ਬਹੁਤ ਸਿੱਖਿਆ ਦਾਇਕ ਆ। ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਹ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਬਿਜਾਈ ਕੀਤੀ, ਭਾਵ ਕਿ ਫਸਲ ਬੀਜੀ, ਉਹਦੀ ਫਸਲ ਬਹੁਤ ਸੋਹਣੀ ਹੋਈ। ਬਾਕੀ ਸਾਰੀ ਜ਼ਮੀਨ ਦੇ ਵਿੱਚ ਉਹਦੀ ਫਸਲ ਬਹੁਤ ਸੋਹਣੀ ਹੋਈ ਸੀ, ਪਰ ਜ਼ਮੀਨ ਦਾ ਇੱਕ ਹਿੱਸਾ ਸੀ ਜਿੱਥੇ ਫਸਲ ਬਹੁਤੀ ਚੰਗੀ ਨਹੀਂ ਹੋਈ, ਫਸਲ ਕਮਜ਼ੋਰ ਸੀ, ਅਤੇ ਉਹਦਾ ਕਾਰਨ ਸੀ ਉਹਦੇ ਖੇਤਾਂ ਦੇ ਵਿੱਚ ਲੱਗਿਆ ਹੋਇਆ ਇੱਕ ਬਹੁਤ ਵੱਡਾ ਦਰਖਤ। ਉਹ ਦਰਖਤ ਦੀ ਛਾਂ ਹੇਠਾਂ ਜਿੰਨਾ ਕੁ ਜ਼ਮੀਨ ਦਾ ਹਿੱਸਾ ਆਉਂਦਾ ਸੀ, ਜਿੰਨੀ ਕੁ ਫਸਲ ਆਉਂਦੀ ਸੀ, ਉਹ ਫਸਲ ਕਮਜ਼ੋਰ ਸੀ। ਕਹਿੰਦੇ ਇੱਕ ਦਿਨ ਉਹ ਕਿਸਾਨ ਉਹ ਦਰਖਤ ਦੇ ਹੇਠਾਂ ਖੜਿਆ ਆਪਣੇ ਆਪ ਦੇ ਨਾਲ ਗੱਲਾਂ ਕਰਨ ਲੱਗਿਆ ਕਿ ਮੇਰੀ ਸਾਰੀ ਫਸਲ ਕਿੰਨੀ ਵਧੀਆ ਹੋ ਜਾਂਦੀ ਆ, ਪਰ ਇੰਨਾ ਇੰਨਾ ਹਿੱਸਾ ਹਮੇਸ਼ਾ ਹੀ ਮਾਰਿਆ ਜਾਂਦਾ ਹੈ, ਭਾਵ ਕਿ ਇੰਨੀ ਕੁ ਫਸਲ ਚੰਗੀ ਨਹੀਂ ਹੁੰਦੀ। ਜੇ ਕਿਤੇ ਇਹ ਫਸਲ ਵੀ ਮੇਰੀ ਬਾਕੀ ਫਸਲ ਵਰਗੀ ਹੋਵੇ ਤਾਂ ਮੈਨੂੰ ਕਿੰਨਾ ਫਾਇਦਾ ਹੋਵੇਗਾ। ਕਹਿੰਦੇ ਬਸ ਆਪਣੇ ਫਾਇਦੇ ਬਾਰੇ ਸੋਚ ਕੇ ਉਹਨੇ ਫੈਸਲਾ ਲੈ ਲਿਆ ਵੀ ਬਸ ਹੁਣ ਇਸ ਦਰਖਤ ਨੂੰ ਵਢਾ ਦੇਣਾ ਹੀ ਠੀਕ ਰਹੇਗਾ। ਆਪਣੇ ਆਪ ਨੂੰ ਕਹਿਣ ਲੱਗਾ ਵੀ ਕੱਲ ਹੀ ਦੋ ਮਜ਼ਦੂਰ ਲੈ ਕੇ ਆਉਣਾ ਹੈ, ਉਹਨਾਂ ਨੂੰ ਕਹਿੰਦਾ ਵੀ ਇਸ ਦਰਖਤ ਨੂੰ ਜੜੋਂ ਹੀ ਪੱਟ ਦੋ, ਫਿਰ ਇੱਥੇ ਫਸਲ ਵਧੀਆ ਹੋ ਜਾਇਆ ਕਰੇਗੀ। ਪਰ ਕਹਿੰਦੇ ਨਾਲ ਦੀ ਨਾਲ ਹੀ ਉਹਨੇ ਜਦ ਦਰਖਤ ਵੱਲ ਦੇਖਿਆ ਤਾਂ ਕਹਿਣ ਲੱਗਾ ਨਹੀਂ, ਇਹਨੂੰ ਜੜ ਤੋਂ ਪਟਾਉਣਾ ਸਹੀ ਨਹੀਂ ਹੋਵੇਗਾ, ਕਿਉਂਕਿ ਜੇ ਇਹ ਦਰਖਤ ਦੇ ਨੁਕਸਾਨ ਆ ਤਾਂ ਫਾਇਦੇ ਵੀ ਕਿੰਨੇ ਆ। ਗਰਮੀ ਦੇ ਦਿਨਾਂ ਦੇ ਵਿੱਚ ਇਹਦੀ ਛਾਂ ਹੇਠਾਂ ਬੈਠ ਜਾਈਦਾ ਹੈ, ਅਤੇ ਕਿੰਨੇ ਮਿੱਠੇ ਫਲ ਵੀ ਲੱਗਦੇ ਆ, ਇਸ ਕਰਕੇ ਇਸ ਦਰਖਤ ਨੂੰ ਮੈਂ ਜੜੋਂ ਨਹੀਂ ਪਟਾਵਾਂਗਾ, ਸਿਰਫ ਇਹਦੀਆਂ ਟਾਹਣੀਆਂ ਟਾਹਣੀਆਂ ਕਟਵਾ ਦੇਵਾਂਗਾ ਤਾਂ ਜੋ ਮੇਰੀ ਫਸਲ ਵੀ ਵਧੀਆ ਹੋ ਜਾਵੇ, ਅਤੇ ਗਰਮੀ ਦੇ ਵਿੱਚ ਮੇਰੇ ਕੋਲੇ ਦੀ ਛਾਂ ਵੀ ਬਚੀ ਰਹੇ, ਮੇਰੇ ਬੱਚਿਆਂ ਨੂੰ ਇਹਦੇ ਫਲ ਵੀ ਖਾਣ ਨੂੰ ਮਿਲਣ। ਇਹ ਸੋਚ ਕੇ ਕਹਿਣ ਲੱਗਾ ਕਿ ਚਲੋ ਕੱਲ ਨੂੰ ਦੋ ਮਜ਼ਦੂਰ ਲੈ ਕੇ ਆਵਾਂਗਾ, ਫਿਰ ਇਹਦੀਆਂ ਸਾਰੀਆਂ ਟਾਹਣੀਆਂ ਕਟਵਾ ਦੇਵਾਂਗਾ। ਇਹ ਕਹਿ ਕੇ ਕਿਸਾਨ ਉੱਥੋਂ ਚਲਾ ਗਿਆ। ਕਹਿੰਦੇ ਕਿਸਾਨ ਤਾਂ ਚਲੇ ਗਿਆ, ਪਰ ਇਸ ਦਰਖਤ ਦੀਆਂ ਟਾਹਣੀਆਂ ਦੇ ਉੱਤੇ ਇੱਕ ਚਿੜੀ ਦਾ ਆਲਣਾ ਸੀ, ਅਤੇ ਆਲਣੇ ਦੇ ਵਿੱਚ ਉਹਦੇ ਦੋ ਨਵ ਜੰਮੇ ਬੱਚੇ। ਉਹ ਬੱਚਿਆਂ ਨੇ ਸਾਰੀ ਗੱਲਬਾਤ ਸੁਣ ਲਈ ਵੀ ਇਹ ਕਿਸਾਨ ਕਹਿ ਕੇ ਗਿਆ ਏ ਕੱਲ ਨੂੰ ਇਸ ਦਰਖਤ ਨੂੰ ਕਟਾ ਦੇਵੇਗਾ ਜਾਂ ਇਹਦੀਆਂ ਟਾਹਣੀਆਂ ਨੂੰ ਕਟਵਾ ਦੇਵੇਗਾ, ਫਿਰ ਆਪਣਾ ਕੀ ਬਣੇਗਾ, ਆਪਣਾ ਤਾਂ ਘਰ ਉੱਜੜ ਜਾਵੇਗਾ, ਆਪਾਂ ਕਿੱਥੇ ਜਾਵਾਂਗੇ, ਕਿੱਥੇ ਰਵਾਂਗੇ। ਕਹਿੰਦੇ ਇਹ ਸੋਚ ਸੋਚ ਕੇ ਬੱਚੇ ਬੜੇ ਉਦਾਸ ਹੋ ਗਏ, ਪਰੇਸ਼ਾਨ ਹੋ ਗਏ, ਡਰੇ ਸਮੇਂ ਬੈਠੇ ਆਪਣੀ ਮਾਂ ਨੂੰ ਉਡੀਕ ਰਹੇ ਆ।
ਕਹਿੰਦੇ ਜਦੋਂ ਇਹਨਾਂ ਦੀ ਮਾਂ ਆਲਣੇ ਦੇ ਵਿੱਚ ਵਾਪਸ ਆਈ, ਭਾਵ ਕਿ ਚਿੜੀ ਇਹਨਾਂ ਦੇ ਲਈ ਚੋਗਾ ਲੈ ਕੇ ਵਾਪਸ ਆਈ, ਤਾਂ ਉਹ ਦੇਖ ਕੇ ਘਬਰਾ ਗਈ ਵੀ ਮੇਰੇ ਬੱਚੇ, ਮੈਂ ਤਾਂ ਇਹਨਾਂ ਨੂੰ ਹੱਸਦੇ ਖੇਡਦੇ ਛੱਡ ਕੇ ਗਈ ਸੀ, ਇਹਨਾਂ ਨੂੰ ਕੀ ਹੋ ਗਿਆ, ਇੰਨੇ ਡਰੇ ਸਹਿਮੇ ਬੈਠੇ ਆ। ਉਹਨੇ ਆ ਕੇ ਆਪਣੇ ਬੱਚਿਆਂ ਨੂੰ ਗੱਲ ਨਾਲ ਲਾਇਆ, ਪੁੱਛਿਆ ਕੀ ਹੋਇਆ, ਮਗਰੋਂ ਕੋਈ ਗੱਲ ਹੋਈ ਆ, ਤੁਸੀਂ ਇੰਨੇ ਡਰੇ ਸਹਿਮੇ ਬੈਠੇ ਹੋ। ਤਾਂ ਬੱਚਿਆਂ ਨੇ ਸਾਰੀ ਗੱਲ ਦੱਸ ਦਿੱਤੀ ਕਿ ਆ ਮਾਂ, ਇੱਥੇ ਇੱਕ ਕਿਸਾਨ ਆਇਆ ਸੀ ਅਤੇ ਉਹ ਕਹਿ ਰਿਹਾ ਸੀ ਕਿ ਕੱਲ੍ਹ ਨੂੰ ਕੁਝ ਮਜ਼ਦੂਰ ਲਿਆ ਕੇ ਇਸ ਦਰਖਤ ਨੂੰ ਕਟਾ ਦੇਵੇਗਾ ਜਾਂ ਇਹਦੀਆਂ ਟਾਹਣੀਆਂ ਨੂੰ ਕਟਵਾ ਦੇਵੇਗਾ, ਅਤੇ ਮਾਂ ਆਪਣਾ ਘਰ ਇਹ ਦਰਖਤ ਦੀਆਂ ਟਾਹਣੀਆਂ ਦੇ ਉੱਤੇ ਆ, ਕੱਲ੍ਹ ਨੂੰ ਆਪਣਾ ਘਰ ਉੱਜੜ ਜਾਵੇਗਾ, ਆਪਾਂ ਕਿੱਥੇ ਜਾਵਾਂਗੇ, ਕਿੱਥੇ ਰਵਾਂਗੇ। ਮਾਂ ਕਹਿਣ ਲੱਗੀ ਵੀ ਅੱਛਾ, ਕਿਸਾਨ ਆਇਆ ਸੀ, ਇਹ ਕਹਿ ਰਿਹਾ ਸੀ ਕਿ ਮਜ਼ਦੂਰਾਂ ਨੂੰ ਲਿਆ ਕੇ ਦਰਖਤ ਕਟਾ ਦੇਵਾਂਗਾ, ਇੰਨੀ ਕੁ ਗੱਲ ਆ, ਕਿਤੇ ਨਹੀਂ ਜਾਂਦਾ ਆਪਣਾ ਘਰ, ਫਿਕਰ ਨਾ ਕਰੋ, ਤੁਸੀਂ ਆ ਚੋਗਾ ਖਾਓ ਅਤੇ ਖੇਡੋ। ਕਹਿੰਦੇ ਬੱਚੇ ਬੜੇ ਖੁਸ਼ ਹੋਏ ਕਿਉਂਕਿ ਮਾਂ ਨੇ ਪੂਰਾ ਹੌਸਲਾ ਦੇ ਦਿੱਤਾ, ਅਤੇ ਆਪਾਂ ਸਾਰੇ ਜਾਣਦੇ ਆ ਕਿ ਮਾਂ ਪਿਓ ਦਾ ਬੱਚਿਆਂ ਨੂੰ ਕਿੰਨਾ ਹੌਸਲਾ ਹੁੰਦਾ ਹੈ। ਕਹਿੰਦੇ ਬੱਚੇ ਖੁਸ਼ੀ ਦੇ ਨਾਲ ਚੋਗਾ ਖਾਣ ਲੱਗੇ। ਸੱਚਮੁੱਚ 3-4 ਦਿਨ ਬੀਤ ਗਏ, ਉੱਥੇ ਨਾ ਕਿਸਾਨ ਆਇਆ ਨਾ ਕਿਸਾਨ ਦੇ ਮਜ਼ਦੂਰ ਆਏ। ਕਹਿੰਦੇ ਬੱਚੇ ਬੜੇ ਖੁਸ਼ ਸਨ ਕਿ ਸੱਚਮੁੱਚ ਮਾਂ ਸੱਚ ਕਹਿ ਰਹੀ ਸੀ, ਕਿਸਾਨ ਭੁੱਲ ਗਿਆ ਹੈ। ਪਰ ਕਹਿੰਦੇ 5ਵੇਂ ਦਿਨ ਕਿਸਾਨ ਆ ਗਿਆ, ਪਰ ਉਹ ਕਿਸਾਨ ਦੇ ਨਾਲ ਕੋਈ ਮਜ਼ਦੂਰ ਨਹੀਂ ਸਨ, ਇਕੱਲਾ ਹੀ ਆਇਆ। ਫਿਰ ਆ ਕੇ ਦਰਖਤ ਹੇਠਾਂ ਖੜ ਕੇ ਕਹਿਣ ਲੱਗਾ ਵੀ ਕਿੰਨੇ ਦਿਨ ਹੋ ਗਏ ਇਹਨਾਂ ਮਜ਼ਦੂਰਾਂ ਨੂੰ, ਕਿਹਾ ਸੀ ਕਿ ਦਰਖਤ ਨੂੰ ਵੱਢ ਜੋ ਜਾਂ ਇਹਦੀਆਂ ਟਾਹਣੀਆਂ ਕੱਟ ਜੋ, ਪਰ ਕੋਈ ਨਹੀਂ ਆਇਆ। ਹੁਣ ਦੁਬਾਰਾ ਨਹੀਂ ਇਹਨਾਂ ਕੋਲ ਜਾਵਾਂਗਾ, ਹੁਣ ਮੈਂ ਆਪਣੇ ਭਰਾਵਾਂ ਨੂੰ ਕਹਿੰਦਾ ਹਾਂ, ਇਹ ਕੰਮ ਤਾਂ ਉਹ ਵੀ ਕਰ ਸਕਦੇ ਨੇ, ਕੱਲ ਨੂੰ ਹੀ ਉਹਨਾਂ ਨੂੰ ਕਹਿੰਦਾ ਹੈ ਕਿ ਇਹ ਦਰਖਤ ਦੀਆਂ ਟਾਹਣੀਆਂ ਨੂੰ ਕੱਟ ਜਾਓ। ਇਹ ਕਹਿ ਕੇ ਕਿਸਾਨ ਉੱਥੋਂ ਚਲਿਆ ਗਿਆ। ਕਹਿੰਦੇ ਅੱਜ ਬੱਚੇ ਫਿਰ ਉਦਾਸ ਹੋ ਗਏ। ਜਦ ਮਾਂ ਚੋਗਾ ਲੈ ਕੇ ਆਈ ਤਾਂ ਸਾਰੀ ਗੱਲ ਬਾਤ ਦੱਸੀ ਕਿ ਮਾਂ, ਅਸੀਂ ਤਾਂ ਕਿਹਾ ਸੀ ਕਿ ਕਿਸਾਨ ਭੁੱਲ ਗਿਆ ਹੈ, ਪਰ ਨਹੀਂ, ਕਿਸਾਨ ਤਾਂ ਕਹਿ ਕੇ ਗਿਆ ਹੈ ਕੱਲ ਨੂੰ ਆਪਣੇ ਭਰਾਵਾਂ ਨੂੰ ਲੈ ਕੇ ਆਵੇਗਾ। ਮਾਂ ਕੱਲ ਤਾਂ ਕਾਹੀ ਆਪਣਾ ਘਰ ਉਜਾੜ ਦੇਣਗੇ, ਆਪਾਂ ਕਿੱਥੇ ਜਾਵਾਂਗੇ। ਮਾਂ ਨੇ ਫਿਰ ਕਿਹਾ ਵੀ ਤੁਸੀਂ ਫਿਕਰ ਨਾ ਕਰੋ, ਕੁਝ ਵੀ ਹੁੰਦਾ ਆਪਣੇ ਘਰ ਨੂੰ, ਚੁੱਪ ਚਾਪ ਚੋਗਾ ਖਾਓ ਖੇਡੋ ਮੱਲੋ। ਕਹਿੰਦੇ ਬੱਚੇ ਫਿਰ ਖੁਸ਼ ਹੋ ਗਏ ਵੀ ਸਾਡੀ ਮਾਂ ਕਹਿ ਰਹੀ ਆ ਤਾਂ ਸੱਚਮੁੱਚ ਸਾਡੇ ਘਰ ਨੂੰ ਕੁਝ ਨਹੀਂ ਹੋਵੇਗਾ। ਕਹਿੰਦੇ ਬੱਚਿਆਂ ਨੇ ਚੋਗਾ ਖਾਧਾ ਸੌ ਗਏ। ਫਿਰ 3-4 ਦਿਨ ਬੀਤ ਗਏ। 3-4 ਦਿਨਾਂ ਬਾਅਦ ਉਹ ਕਿਸਾਨ ਫਿਰ ਆਇਆ ਅਤੇ ਆ ਕੇ ਕਹਿਣ ਲੱਗਾ ਕੋਈ ਵੀ ਆਖੇ ਨਹੀਂ ਲੱਗਦਾ, ਪਹਿਲਾਂ ਮਜ਼ਦੂਰਾਂ ਨੂੰ ਕਿਹਾ ਸੀ, ਉਹਨਾਂ ਨੇ ਵੀ ਗੱਲ ਨਹੀਂ ਸੁਣੀ, ਭਰਾਵਾਂ ਨੂੰ ਕਿਹਾ, ਉਹਨਾਂ ਨੇ ਵੀ ਨਹੀਂ ਗੱਲ ਸੁਣੀ, ਮੈਨੂੰ ਕੀ ਹੋਇਆ ਹੈ, ਇਹ ਕੰਮ ਤਾਂ ਮੈਂ ਵੀ ਕਰ ਸਕਦਾ ਹਨਾ, ਹੁਣ ਮੈਂ ਕਿਸੇ ਨੂੰ ਨਹੀਂ ਕਹਿਣਾ, ਕੱਲ ਨੂੰ ਖੁਦ ਹੀ ਕੁਹਾੜੀ ਲੈ ਕੇ ਆਵਾਂਗਾ ਅਤੇ ਇਸ ਦਰਖਤ ਦੀਆਂ ਸਾਰੀਆਂ ਟਾਹਣੀਆਂ ਕੱਟ ਦੇਵਾਂਗਾ, ਹੁਣ ਮੈਂ ਜ਼ਿਆਦਾ ਦੇਰ ਉਡੀਕ ਨਹੀਂ ਕਰ ਸਕਦਾ। ਇਹ ਕਹਿ ਕੇ ਕਿਸਾਨ ਉੱਥੋਂ ਚਲਿਆ ਗਿਆ। ਪਰ ਕਹਿੰਦੇ ਅੱਜ ਬੱਚੇ ਉਦਾਸ ਨਹੀਂ ਹੋਏ, ਡਰੇ ਨਹੀਂ, ਪਰ ਜਦੋਂ ਉਹਨਾਂ ਦੀ ਮਾਂ ਚਿੜੀ ਆਲਣੇ ਦੇ ਵਿੱਚ ਵਾਪਸ ਆਈ ਤਾਂ ਸਾਰੀ ਗੱਲਬਾਤ ਦੱਸ ਦਿੱਤੀ। ਬੜਾ ਹੱਸ ਹੱਸ ਕੇ ਦੱਸਣ ਲੱਗੇ ਕਿ ਮਾਂ, ਕਿਸਾਨ ਅੱਜ ਫਿਰ ਆਇਆ ਸੀ, ਅੱਜ ਫਿਰ ਕਹਿ ਰਿਹਾ ਸੀ ਕਿ ਕੀ ਹੋਇਆ, ਜੇ ਮਜ਼ਦੂਰ ਮੇਰੇ ਆਖੇ ਨਹੀਂ ਲੱਗੇ, ਮੇਰੇ ਭਰਾਵਾਂ ਨੇ ਮੇਰਾ ਕੰਮ ਨਹੀਂ ਕੀਤਾ ਤਾਂ ਮੈਨੂੰ ਕੀ ਹੋਇਆ ਹੈ, ਮੈਂ ਖੁਦ ਹੀ ਇਸ ਦਰਖਤ ਨੂੰ ਵੱਢ ਲਵਾਂਗਾ। ਕਹਿੰਦੇ ਅੱਜ ਫਿਰ ਆਪਣੇ ਆਪ ਦੇ ਨਾਲ ਗੱਲਾਂ ਕਰ ਰਿਹਾ ਸੀ, ਕਹਿ ਕੇ ਗਿਆ ਹੈ ਕਿ ਕੱਲ ਨੂੰ ਮੈਂ ਖੁਦ ਕੁਹਾੜੀ ਲੈ ਕੇ ਆਵਾਂਗਾ ਅਤੇ ਇਹ ਦਰਖਤ ਨੂੰ ਵੱਢ ਦੇਵਾਂਗਾ। ਪਰ ਮਾਂ ਦੇਖ, ਅੱਜ ਅਸੀਂ ਡਰੇ ਨਹੀਂ ਕਿਉਂਕਿ ਸਾਨੂੰ ਪਤਾ ਹੈ ਕਿਸਾਨ ਸਿਰਫ ਗੱਲਾਂ ਹੀ ਕਰਦਾ ਹੈ, ਆਉਂਦਾ ਨਹੀਂ ਆ, ਉਹਨੇ ਕੱਲ ਵੀ ਨਹੀਂ ਆਉਣਾ। ਮਾਂ ਨੇ ਕਿਹਾ ਨਹੀਂ ਪੁੱਤਰ, ਅੱਜ ਇਹ ਗੱਲ ਹਾਸੇ ਦੇ ਵਿੱਚ ਉਡਾਉਣ ਵਾਲੀ ਨਹੀਂ ਆ, ਕੱਲ ਨੂੰ ਕਿਸਾਨ ਜ਼ਰੂਰ ਆਵੇਗਾ, ਇਸ ਕਰਕੇ ਤੁਸੀਂ ਜਲਦੀ ਹੀ ਇੱਥੋਂ ਜਾਣ ਦੀ ਤਿਆਰੀ ਕਰੋ। ਬੱਚਿਆਂ ਨੇ ਕਿਹਾ ਮਾਂ, ਤੁਸੀਂ ਇਹਨੇ ਯਕੀਨ ਦੇ ਨਾਲ ਕਿੰਜ ਕਹਿ ਸਕਦੇ ਹੋ, ਜੇ ਉਹ ਪਹਿਲਾਂ 2 ਵਾਰੀ ਕਹਿ ਕੇ ਨਹੀਂ ਆਇਆ ਤਾਂ 3 ਵਾਰ ਕਿੰਜ ਆ ਸਕਦਾ ਹੈ। ਮਾਂ ਨੇ ਕਿਹਾ ਨਹੀਂ ਪੁੱਤਰ, ਉਹ ਕੱਲ ਨੂੰ ਜ਼ਰੂਰ ਆਵੇਗਾ, ਉਹ ਆਵੇਗਾ ਵੀ ਅਤੇ ਇਸ ਦਰਖਤ ਨੂੰ ਵੱਢੇਗਾ ਵੀ। ਬੱਚਿਆਂ ਨੇ ਪੁੱਛਿਆ ਵੀ ਤੁਸੀਂ ਇਹਨੇ ਯਕੀਨ ਦੇ ਨਾਲ ਕਿੰਜ ਕਹਿ ਸਕਦੇ ਹੋ, ਤਾਂ ਮਾਂ ਨੇ ਕਿਹਾ ਇਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਬਾਅਦ ਵਿੱਚ
ਸਮਝਾਵਾਂਗੀ, ਪਰ ਪਹਿਲਾਂ ਤੁਸੀਂ ਜਲਦੀ ਇੱਥੋਂ ਜਾਣ ਦੀ ਤਿਆਰੀ ਕਰੋ। ਹੁਣ ਆਪਣਾ ਬਹੁਤੀ ਦੇਰ ਤੱਕ ਇੱਥੇ ਰਹਿਣਾ ਠੀਕ ਨਹੀਂ ਹੋਵੇਗਾ, ਆਪਾਂ ਨੂੰ ਆਪਣਾ ਇਹ ਘਰ ਛੱਡ ਕੇ ਦੂਜੇ ਘਰ ਜਾਣਾ ਪੈਣਾ ਹੈ, ਇਸ ਕਰਕੇ ਜਲਦੀ ਦੇ ਨਾਲ ਤਿਆਰੀ ਕਰੋ, ਚਲੋ ਉਡਾਣ ਭਰੋ। ਬੱਚੇ ਕਹਿਣ ਲੱਗੇ, ਮਾਂ ਅਸੀਂ ਕਿੰਝ ਉੱਡ ਸਕਦੇ ਹਾਂ, ਅਸੀਂ ਤਾਂ ਜੇ ਬਹੁਤ ਛੋਟੇ ਹਾਂ। ਮਾਂ ਨੇ ਕਿਹਾ, ਨਹੀਂ ਪੁੱਤਰ, ਹੁਣ ਤੁਸੀਂ ਉੱਡਣ ਦੇ ਯੋਗ ਹੋ ਗਏ ਹੋ। ਬੱਚਿਆਂ ਨੇ ਫਿਰ ਕਿਹਾ, ਨਹੀਂ ਮਾਂ, ਜੇਕਰ ਅਸੀਂ ਉੱਡਣ ਦੀ ਕੋਸ਼ਿਸ਼ ਕੀਤੀ ਅਸੀਂ ਡਿੱਗ ਜਾਵਾਂਗੇ, 7:30 ਵੱਜ ਜਾਵੇਗੀ। ਮਾਂ ਨੇ ਕਿਹਾ, ਨਹੀਂ 7 ਨਹੀਂ ਵੱਜੇਗੀ, ਮੈਂ ਤੁਹਾਡੇ ਕੋਲ ਆ, ਮੈਂ ਤੁਹਾਨੂੰ ਕੁਝ ਨਹੀਂ ਹੋਣ ਦੇਵਾਂਗੀ, ਤੁਸੀਂ ਕੋਸ਼ਿਸ਼ ਕਰੋ, ਤੁਸੀਂ ਉੱਡ ਸਕਦੇ ਹੋ। ਬੱਚਿਆਂ ਨੇ ਕਿਹਾ, ਮਾਂ ਸਾਨੂੰ ਉੱਡਣ ਦੀ ਕੀ ਲੋੜ ਆ, ਤੁਸੀਂ ਸਾਡੇ ਕੋਲ ਹੋ, ਚੋਗਾ ਸਾਨੂੰ ਲਿਆ ਕੇ ਦੇ ਦਿੰਦੇ ਹੋ। ਮਾਂ ਨੇ ਕਿਹਾ, ਨਹੀਂ ਪੁੱਤਰ, ਮੈਂ ਹਰ ਵੇਲੇ ਤੁਹਾਡੇ ਕੋਲ ਨਹੀਂ ਹੋ ਸਕਦੀ, ਜਿਵੇਂ ਹੁਣ ਆਪਣੇ ਤੇ ਅੱਜ ਮੁਸੀਬਤ ਆਈ ਆ, ਜੇਕਰ ਸਹੀ ਸਮੇਂ ਦੇ ਉੱਤੇ ਮੈਂ ਤੁਹਾਡੇ ਕੋਲ ਨਾ ਆਉਂਦੀ ਤਾਂ ਤੁਸੀਂ ਇੱਥੇ ਹੀ ਆਲਣੇ ਦੇ ਵਿੱਚ ਹੀ ਮਰ ਮੁੱਕ ਜਾਣਾ ਸੀ, ਮੈਂ ਹਰ ਵੇਲੇ ਤੁਹਾਡੇ ਕੋਲ ਨਹੀਂ ਹੋ ਸਕਦੀ, ਇਸ ਕਰਕੇ ਤੁਹਾਨੂੰ ਆਪਣੀ ਉਡਾਣ ਭਰਨੀ ਹੀ ਪੈਣੀ ਆ। ਬੱਚਿਆਂ ਨੇ ਫਿਰ ਕਿਹਾ, ਮਾਂ ਅਸੀਂ ਨਹੀਂ ਉੱਡ ਸਕਾਂਗੇ। ਮਾਂ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਨਹੀਂ, ਤੁਸੀਂ ਉੱਡ ਸਕਦੇ ਹੋ, ਤੁਸੀਂ ਮੇਰੇ ਬੱਚੇ ਹੋ, ਜਿਵੇਂ ਮੈਂ ਉੱਡਦੀ ਹਾਂ ਤੁਸੀਂ ਵੀ ਇਸ ਤਰ੍ਹਾਂ ਉੱਡ ਸਕਦੇ ਹੋ, ਤੁਸੀਂ ਕੋਸ਼ਿਸ਼ ਕਰੋ। ਕਹਿੰਦੇ ਬੱਚਿਆਂ ਨੇ ਕੋਸ਼ਿਸ਼ ਕੀਤੀ, ਪਹਿਲੀ ਕੋਸ਼ਿਸ਼ ਦੇ ਵਿੱਚ ਕਾਮਯਾਬ ਨਹੀਂ ਹੋਈ, ਆਪਣੇ ਆਲਣੇ ਦੇ ਵਿੱਚ ਹੀ ਡਿੱਗ ਗਏ। ਮਾਂ ਨੇ ਫਿਰ ਕਿਹਾ, ਪੁੱਤਰ ਕੋਸ਼ਿਸ਼ ਕਰੋ, ਪਰ ਬੱਚੇ ਡਰ ਰਹੇ ਸੀ। ਮਾਂ ਨੇ ਫਿਰ ਵਿਸ਼ਵਾਸ ਦਵਾਇਆ ਵੀ ਤੁਸੀਂ ਉੱਡੋ, ਮੈਂ ਤੁਹਾਡੇ ਕੋਲ ਆ, ਤੁਹਾਨੂੰ ਡਿੱਗਣ ਨਹੀਂ ਦੇਵਾਂਗੀ। ਕਹਿੰਦੇ ਬੱਚਿਆਂ ਨੇ ਦੂਜੀ ਕੋਸ਼ਿਸ਼ ਕੀਤੀ, ਦੂਜੀ ਵਾਰ ਵੀ ਨਾ ਕਾਮਯਾਬ ਹੋ ਗਏ। ਤੀਸਰੀ ਵਾਰ ਮਾਂ ਨੇ ਫਿਰ ਹਿੰਮਤ ਹੌਸਲਾ ਦਿੱਤਾ ਕਿ ਪੁੱਤਰ ਤੁਸੀਂ ਉੱਡ ਸਕਦੇ ਹੋ ਅਤੇ ਇਹ ਉਡਾਣ ਤੁਹਾਨੂੰ ਭਰਨੀ ਹੀ ਪੈਣੀ ਹੈ, ਕਿਉਂਕਿ ਇਹ ਉਡਾਣ ਭਰੇ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਆ, ਜੇ ਆਪਣੀ ਮਰਜ਼ੀ ਦਾ ਜੀਵਨ ਜਿਉਣਾ ਹੈ ਤਾਂ ਫਿਰ ਤੁਹਾਨੂੰ ਉੱਡਣਾ ਪੈਣਾ ਹੈ। ਕਹਿੰਦੇ ਜਦੋਂ ਮਾਂ ਨੇ ਇਸ ਤਰ੍ਹਾਂ ਹੱਲਾਸ਼ੇਰੀ ਦਿੱਤੀ ਤੇ ਬੱਚਿਆਂ ਨੇ ਪੂਰਾ ਜ਼ੋਰ ਲਾ ਕੇ ਉਡਾਣ ਭਰੀ, ਸੱਚਮੁੱਚ ਉਹ ਖੁੱਲੇ ਅਸਮਾਨ ਦੇ ਵਿੱਚ ਉੱਡ ਰਹੇ ਸਨ। ਮਾਂ ਅੱਗੇ ਅੱਗੇ ਲੱਗ ਗਈ, ਮਾਂ ਨੇ ਕਿਹਾ, ਮੇਰੇ ਨਾਲ ਨਾਲ ਮੇਰੇ ਪੁੱਤਰ ਆ ਜਾਓ। ਉਹਨਾਂ ਨੇ ਕਿਹਾ, ਮਾਂ ਆਪਾਂ ਕਿੱਥੇ ਚੱਲੇ ਹਾਂ? ਮਾਂ ਨੇ ਕਿਹਾ, ਆਪਾਂ ਨਵੇਂ ਘਰ ਚੱਲੇ ਹਾਂ। ਮਾਂ ਨੇ ਇੱਕ ਬੜੇ ਸੋਹਣੇ ਆਲਣੇ ਦੇ ਵਿੱਚ ਲਿਆ ਕੇ ਆਪਣੇ ਬੱਚਿਆਂ ਨੂੰ ਬਿਠਾਇਆ। ਬੱਚਿਆਂ ਨੇ ਕਿਹਾ, ਮਾਂ ਇਹ ਤੂੰ ਘਰ ਕਦੋਂ ਬਣਾ ਲਿਆ? ਮਾਂ ਨੇ ਕਿਹਾ, ਪੁੱਤਰ ਇਹ ਘਰ ਤਾਂ ਮੈਂ ਉਸੇ ਦਿਨ ਤੋਂ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਦਿਨ ਕਿਸਾਨ ਪਹਿਲੇ ਦਿਨ ਆ ਕੇ ਕਹਿ ਕੇ ਗਿਆ ਸੀ ਕਿ ਇਸ ਦਰਖਤ ਨੂੰ ਵੱਢਣਾ ਪੈਣਾ ਹੈ। ਬੱਚਿਆਂ ਨੇ ਕਿਹਾ, ਮਾਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਕਿਸਾਨ ਇਹ ਦਰਖਤ ਨੂੰ ਵੱਢੇਗਾ? ਮਾਂ ਨੇ ਕਿਹਾ, ਹਾਂ ਪੁੱਤਰ, ਮੈਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਜੇ ਇਹਨੇ ਕਿਹਾ ਹੈ ਤਾਂ ਹੁਣ ਇਹ ਕੰਮ ਕਰਕੇ ਹੀ ਹਟੇਗਾ। ਤਾਂ ਚਿੜੀ ਦੇ ਬੱਚਿਆਂ ਨੇ ਕਿਹਾ, ਮਾਂ ਫਿਰ ਤੁਹਾਨੂੰ ਪਹਿਲੀ ਅਤੇ ਦੂਜੀ ਵਾਰ ਕਿੰਜ ਪਤਾ ਸੀ ਕਿ ਇਹ ਕਿਸਾਨ ਨਹੀਂ ਆਵੇਗਾ ਅਤੇ ਅੱਜ ਤੀਜੀ ਵਾਰ ਤੁਹਾਨੂੰ ਕਿੰਜ ਪਤਾ ਲੱਗ ਗਿਆ ਵੀ ਇਹ ਜ਼ਰੂਰ ਆਵੇਗਾ? ਤਾਂ ਮਾਂ ਨੇ ਕਿਹਾ, ਪੁੱਤਰ ਪਹਿਲੀ ਅਤੇ ਦੂਜੀ ਵਾਰ ਇਹਨੇ ਆਪਣਾ ਕੰਮ ਦੂਜਿਆਂ ਦੇ ਛੱਡਿਆ ਸੀ, ਇਸ ਕਰਕੇ ਮੈਨੂੰ ਪਤਾ ਸੀ ਕਿ ਜਿਹੜਾ ਕੰਮ ਆਪਾਂ ਦੂਜਿਆਂ ਦੇ ਸਹਾਰੇ ਛੱਡ ਦਿੰਦੇ ਹਾਂ ਨਾ ਉਹ ਕਦੇ ਪੂਰਾ ਨਹੀਂ ਹੁੰਦਾ, ਜੇ ਪੂਰਾ ਹੋ ਵੀ ਜਾਵੇ ਤਾਂ ਵਧੀਆ ਤਰੀਕੇ ਦੇ ਨਾਲ ਨਹੀਂ ਹੁੰਦਾ। ਇਸ ਕਰਕੇ ਮੇਰੇ ਬੱਚਿਓ, ਮੈਂ ਤੁਹਾਨੂੰ ਕਿਹਾ ਸੀ ਕਿ ਇਹ ਕਿਸਾਨ ਨਹੀਂ ਆਵੇਗਾ, ਪਰ ਜਦੋਂ ਉਹਨੇ ਆਪਣੇ ਆਪ ਦੇ ਬਾਰੇ ਕਿਹਾ ਕਿ ਮੈਂ ਆ ਕੇ ਇਹ ਕੰਮ ਕਰਾਂਗਾ ਤਾਂ ਮੈਨੂੰ ਯਕੀਨ ਹੋ ਗਿਆ ਵੀ ਉਹ ਕੱਲ੍ਹ ਨੂੰ ਆਵੇਗਾ। ਚਿੜੀ ਨੇ ਆਪਣੇ ਬੱਚਿਆਂ ਨੂੰ ਕਿਹਾ, ਪੁੱਤਰ ਅੱਜ ਤੁਹਾਨੂੰ 4 ਗੱਲਾਂ ਦੱਸਣ ਲੱਗੀਆਂ, ਇਹਨਾਂ ਨੂੰ ਪੱਲੇ ਬੰਨ ਲਿਓ ਜੇ ਜ਼ਿੰਦਗੀ ਭਰ ਕੰਮ ਆਉਣਗੀਆਂ। ਪਹਿਲੀ ਗੱਲ ਇਹ ਕਿ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ, ਖੁਸ਼ ਰਹਿਣਾ ਹੈ, ਤਾਂ ਫਿਰ ਆਪਣੇ ਕੰਮ ਆਪ ਕਰਨੇ ਸਿੱਖੋ। ਜਦੋਂ ਅਸੀਂ ਆਪਣੇ ਕੰਮ ਦੂਜਿਆਂ ਦੇ ਸਹਾਰੇ ਛੱਡ ਦਿੰਦੇ ਹਾਂ ਤਾਂ ਹਮੇਸ਼ਾ ਨਿਰਾਸ਼ਾ ਹੱਥ ਲੱਗਦੀ ਆ, ਨਾ ਕਾਮਯਾਬੀ ਹੱਥ ਲੱਗਦੀ ਆ। ਦੂਸਰੀ ਗੱਲ ਕਿ ਕਦੇ ਵੀ ਦੂਸਰਿਆਂ ਦੇ ਉੱਤੇ ਇੰਨੀਆਂ ਆਸਾਂ ਉਮੀਦਾਂ ਨਹੀਂ ਲਗਾਉਣੀਆਂ ਚਾਹੀਦੀਆਂ, ਕਿਉਂਕਿ ਦੂਜਿਆਂ ਦੇ ਉੱਤੇ ਲਾਈਆਂ ਹੋਈਆਂ ਆਸਾਂ ਉਮੀਦਾਂ ਸਾਨੂੰ ਖੁਦ ਨੂੰ ਨਿਕੰਮਾ ਬਣਾਉਂਦੀਆਂ ਨੇ, ਨਿਰਾਸ਼ ਬਣਾਉਂਦੀਆਂ ਨੇ, ਨਾ ਕਾਮਯਾਬ ਬਣਾਉਂਦੀਆਂ ਨੇ। ਆਪਣੇ ਆਪ ਦੇ ਉੱਤੇ ਭਰੋਸਾ ਕਰਨਾ
ਹੁੰਦਾ ਹੈ। ਜਦੋਂ ਅਸੀਂ ਦੂਜਿਆਂ ਦੇ ਉੱਤੇ ਆਸਾਂ ਉਮੀਦਾਂ ਲਾ ਕੇ ਬੈਠ ਜਾਂਦੇ ਹਾਂ ਤਾਂ ਕਿਤੇ ਨਾ ਕਿਤੇ ਆਪਣੇ ਗੁਣ ਆਪਣੀ ਕਾਬਲੀਅਤ ਭੁੱਲ ਜਾਂਦੇ ਹਾਂ। ਪਰ ਜੇਕਰ ਆਪਣੇ ਆਪ ਨੂੰ ਖੁਸ਼ ਦੇਖਣਾ ਚਾਹੁੰਦੇ ਹਾਂ, ਕਾਮਯਾਬ ਦੇਖਣਾ ਚਾਹੁੰਦੇ ਹਾਂ, ਤਾਂ ਫਿਰ ਆਪਣੇ ਲਈ ਸਾਨੂੰ ਖੁਦ ਨੂੰ ਹੀ ਮਿਹਨਤ ਕਰਨੀ ਪੈਣੀ ਆ। ਸਾਡੇ ਥਾਂ ਤੇ ਕੋਈ ਵੀ ਦੂਜਾ ਜਾਣਾ ਸਾਡੇ ਜਿੰਨੀ ਮਿਹਨਤ ਨਹੀਂ ਕਰ ਸਕਦਾ। ਆਪਾਂ ਜਿਹੜੇ ਕੰਮ ਆਪ ਆਪਣੇ ਹੱਥੀ ਕਰਦੇ ਆ, ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ, ਪੂਰਾ ਮਨ ਲਾ ਕੇ ਕਰ ਪਾਉਂਦੇ ਆ, ਪੂਰੀ ਤਰ੍ਹਾਂ ਦੇ ਨਾਲ। ਕਦੇ ਵੀ ਕਿਸੇ ਦੇ ਉੱਤੇ ਡਿਪੈਂਡ ਨਹੀਂ ਹੋਣਾ ਚਾਹੀਦਾ। ਤੀਸਰੀ ਗੱਲ ਬੱਚਿਓ, ਜ਼ਿੰਦਗੀ ਦੇ ਵਿੱਚ ਹਮੇਸ਼ਾ ਮਾੜੇ ਸਮੇਂ ਦੇ ਲਈ ਤਿਆਰ ਰਹੋ, ਕਿਉਂਕਿ ਅਕਸਰ ਆਪਾਂ ਕੀ ਕਰਦੇ ਹਾਂ, ਚੰਗੇ ਸਮੇਂ ਦੇ ਲਈ ਤਾਂ ਤਿਆਰ ਹੁੰਦੇ ਹਾਂ, ਅਤੇ ਜਦੋਂ ਚੰਗਾ ਸਮਾਂ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਉਦੋਂ ਅਸੀਂ ਖੁਸ਼ ਵੀ ਬਹੁਤ ਹੋ ਜਾਂਦੇ ਹਾਂ। ਪਰ ਜਦੋਂ ਅਚਾਨਕ ਮਾੜਾ ਸਮਾਂ ਆਉਂਦਾ ਹੈ ਤਾਂ ਕਈ ਵਾਰ ਸਾਡੀ ਹਿੰਮਤ ਹੌਸਲਾ ਟੁੱਟ ਜਾਂਦਾ ਹੈ, ਕਿਉਂਕਿ ਉਸ ਮਾੜੇ ਸਮੇਂ ਦੇ ਲਈ ਅਸੀਂ ਤਿਆਰ ਨਹੀਂ ਹੁੰਦੇ। ਯਾਦ ਰੱਖੋ, ਜੇ ਅੱਜ ਸਾਡੇ 'ਤੇ ਚੰਗਾ ਸਮਾਂ ਚੱਲ ਰਿਹਾ ਹੈ ਤਾਂ ਮਾੜਾ ਵੀ ਆ ਸਕਦਾ ਹੈ, ਜੇ ਮਾੜਾ ਚੱਲ ਰਿਹਾ ਤਾਂ ਚੰਗੇ ਦੀ ਆਸ ਨਾ ਛੱਡੋ। ਅਤੇ ਜਦੋਂ ਖਾਸ ਕਰਕੇ ਮਾੜੇ ਸਮੇਂ ਬਾਰੇ ਪਤਾ ਲੱਗ ਜਾਵੇ, ਸਾਨੂੰ ਕੋਈ ਸੰਕੇਤ ਮਿਲ ਜਾਵੇ ਕਿ ਸਾਡੇ ਉੱਤੇ ਮਾੜਾ ਸਮਾਂ ਆ ਸਕਦਾ ਹੈ, ਆਉਣ ਵਾਲੇ ਖਤਰੇ ਦਾ ਪਤਾ ਲੱਗ ਜਾਵੇ, ਕੋਈ ਜ਼ਰਾ ਜਿੰਨੀ ਵੀ ਭਿਣਕ ਲੱਗ ਜਾਵੇ, ਤਾਂ ਉਹ ਆਉਣ ਵਾਲੇ ਖਤਰੇ ਤੋਂ ਬਚਣ ਦੇ ਲਈ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਿਓ, ਜਿਵੇਂ ਮੈਂ ਤੁਹਾਡੇ ਲਈ ਪਹਿਲਾਂ ਹੀ ਘਰ ਤਿਆਰ ਕਰ ਦਿੱਤਾ। ਕਿਉਂਕਿ ਮੈਨੂੰ ਉਸੇ ਦਿਨ ਤੋਂ ਹੀ ਯਕੀਨ ਸੀ ਕਿ ਜੇ ਕਿਸਾਨ ਕਹਿ ਕੇ ਗਿਆ ਹੈ ਤਾਂ ਇੱਕ ਨਾ ਇੱਕ ਦਿਨ ਇਹ ਕੰਮ ਜ਼ਰੂਰ ਕਰੇਗਾ। ਇਸ ਕਰਕੇ ਮੈਂ ਉਸੇ ਦਿਨ ਤੋਂ ਹੀ ਆਪਣਾ ਘਰ, ਆਪਣਾ ਆਲਣਾ ਬਣਾਉਣਾ ਛੱਡ ਦਿੱਤਾ ਸੀ। ਚੌਥੀ ਗੱਲ ਚਿੜੀ ਨੇ ਸਮਝਾਈ, ਪੁੱਤਰ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਪਹਿਲੀ ਵਾਰ ਦੇ ਵਿੱਚ ਸਫਲ ਹੋ ਜਾਈਏ। ਜਿਵੇਂ ਤੁਸੀਂ ਪਹਿਲੀ ਉਡਾਰੀ ਦੇ ਵਿੱਚ ਉੱਡ ਨਹੀਂ ਨਾ ਪਾਏ, ਇੱਦਾਂ ਹੀ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਬੰਦਾ ਪਹਿਲੀ ਵਾਰ ਵਿੱਚ ਹੀ ਸਫਲ ਹੋ ਜਾਵੇ, ਅਸਫਲਤਾ ਦਾ ਮੂੰਹ ਵੀ ਦੇਖਣਾ ਪੈ ਸਕਦਾ ਹੈ। ਪਰ ਯਾਦ ਰੱਖਿਓ, ਅਸਫਲਤਾ ਦੀ ਨੀਂਹ ਦੇ ਉੱਤੇ ਹੀ ਸਫਲਤਾ ਦੀ ਬਿਲਡਿੰਗ ਖੜੀ ਹੁੰਦੀ ਆ, ਕਿਉਂਕਿ ਕਈ ਵਾਰ ਠੋਕਰ ਲੱਗੇ ਤੋਂ ਬਾਅਦ ਹੀ ਬੰਦਾ ਸੰਭਲਦਾ ਹੈ। ਸੋ ਅੱਜ ਦੀ ਇਹ ਵੀਡੀਓ, ਅੱਜ ਦੀ ਇਹ ਕਹਾਣੀ ਦਾ ਮੇਨ ਮਕਸਦ ਇਹ ਸੀ ਕਿ ਆਪਣੇ ਕੰਮ ਦੂਜਿਆਂ ਦੇ ਸਹਾਰੇ ਨਾ ਛੱਡੋ। ਜਦੋਂ ਆਪਾਂ ਆਪਣੇ ਕੰਮਾਂ ਨੂੰ ਦੂਜਿਆਂ ਦੇ ਸਹਾਰੇ ਛੱਡ ਦਿੰਦੇ ਹਾਂ ਜਾਂ ਦੂਜਿਆਂ ਤੋਂ ਆਸਾਂ ਉਮੀਦਾਂ ਲਾ ਕੇ ਬੈਠੇ ਰਹਿੰਦੇ ਹਾਂ, ਤਾਂ ਜ਼ਿਆਦਾਤਰ ਸਾਨੂੰ ਨਿਰਾਸ਼ਾ, ਨਾ ਕਾਮਯਾਬੀ ਹੀ ਮਿਲਦੀ ਆ। ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ, ਖੁਸ਼ ਰਹਿਣਾ, ਤਾਂ ਫਿਰ ਆਪਣੇ ਕੰਮ ਆਪ ਖੁਦ ਕਰਨਾ ਸਿੱਖੀਏ। ਆਪਣੇ ਲਈ ਜਿੰਨਾ ਆਪਾਂ ਬਿਹਤਰ ਕਰ ਸਕਦੇ ਹਾਂ, ਕੋਈ ਵੀ ਦੂਜਾ ਇਨਸਾਨ ਨਹੀਂ ਕਰ ਸਕਦਾ। ਦੂਸਰੀ, ਜ਼ਿੰਦਗੀ ਦੇ ਵਿੱਚ ਆਉਣ ਵਾਲੇ ਚੰਗੇ ਮਾੜੇ ਸਮੇਂ ਦੇ ਲਈ ਹਰ ਵੇਲੇ ਤਿਆਰ ਰਹਿਣਾ ਹੈ। ਉਸ ਤੋਂ ਬਾਅਦ ਕਿ ਬੰਦਾ ਡਿੱਗ ਡਿੱਗ ਕੇ ਹੀ ਸਵਾਰ ਹੁੰਦਾ ਹੈ। ਜ਼ਿੰਦਗੀ ਦੀ ਮੁਹਤਾਜੀ ਦੂਰ ਕਰਨੀ ਆ ਤਾਂ ਖੁਦ ਨੂੰ ਉਡਾਣ ਭਰਨੀ ਪੈਣੀ ਆ, ਖੁਦ ਨੂੰ ਅੱਗੇ ਆ ਕੇ ਆਪਣੇ ਲਈ ਕੁਝ ਕਰਨਾ ਪੈਣਾ ਹੈ। ਅਤੇ ਜ਼ਰੂਰੀ ਨਹੀਂ ਆਪਾਂ ਪਹਿਲੀ ਵਾਰ ਦੇ ਵਿੱਚ ਹੀ ਸਫਲ ਹੋ ਜਾਈਏ, ਅਸਫਲਤਾ ਦਾ ਮੂੰਹ ਵੀ ਦੇਖਣਾ ਪੈ ਸਕਦਾ ਹੈ। ਪਰ ਅਸਫਲਤਾ ਨੂੰ ਦੇਖ ਕੇ ਕਦੇ ਵੀ ਹਿੰਮਤ ਹੌਸਲਾ ਨਹੀਂ ਛੱਡਣਾ, ਅਤੇ ਸਫਲਤਾ ਦਾ ਕਦੇ ਬਹੁਤਾ ਹੰਕਾਰ ਨਹੀਂ ਕਰਨਾ ਚਾਹੀਦਾ। ਸੋ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਪਰ ਜੇਕਰ ਵਿੱਚੋਂ ਕੋਈ ਵੀ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ।